ਇੱਕ ਤੇਜ਼ ਰਫ਼ਤਾਰ ਟਿੱਪਰ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇਹ ਟਿੱਪਰ ਬਿਨਾਂ ਇੰਡੀਕੇਟਰ ਦਿੱਤੇ ਹੀ ਮੋੜ ਕੱਟਣ ਲੱਗਾ ਤੇ ਪਿੱਛੋਂ ਆ ਰਹੀ ਇਨੋਵਾ ਕਾਰ ਇਸ ਟਿੱਪਰ ਦੇ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਦੇ ਵਿੱਚ ਸਵਾਰ 7 ਜਣੇ ਜ਼ਖਮੀ ਹੋ ਗਏ ਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਥੇ ਹੀ ਕਾਰ ਦੇ ਵਿੱਚ ਸਵਾਰ ਇੱਕ ਨੌਜਵਾਨ ਦੇ ਵੱਲੋਂ ਆਪਣੇ ਸਾਥੀਆਂ ਦੀ ਮਦਦ ਕੀਤੀ ਗਈ ਤੇ ਉਹਨਾਂ ਨੂੰ ਜਿਵੇਂ ਤਿਵੇਂ ਕਰਕੇ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਟਿੱਪਰ ਚਾਲਕ ਆਪਣਾ ਟਿੱਪਰ ਉੱਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਹੁਣ ਟਿੱਪਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਭਿਆਨਕ ਹਾਦਸਾ ਫਿਲੌਰ ਨਵਾਂ ਸ਼ਹਿਰ ਰੋਡ ਤੇ ਲਸਾੜਾ ਪਿੰਡ ਦੇ ਕੋਲ ਵਾਪਰਿਆ। ਦੱਸਣਾ ਬਣਦੇ ਕਿ ਇਸ ਇਨੋਵਾ ਕਾਰ ਦੇ ਵਿੱਚ ਇੱਕ ਮਿਊਜ਼ੀਕਲ ਗਰੁੱਪ ਜਾ ਰਿਹਾ ਸੀ ਕਿਧਰੇ ਆਪਣਾ ਪ੍ਰੋਗਰਾਮ ਲਗਾਉਣ, ਪਰ ਰਸਤੇ ਦੇ ਵਿੱਚ ਹੀ ਇਹ ਭਾਣਾ ਵਾਪਰ ਗਿਆ ਤੇ ਅਤੇ ਕਾਰ ਦੇ ਵਿੱਚ ਸਵਾਰ 7 ਜਣੇ ਜ਼ਖਮੀ ਹੋਏ ਨੇ ਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ। ਉੱਥੇ ਦੂਜੇ ਪਾਸੇ ਜ਼ਖਮੀ ਦੇ ਇੱਕ ਸਾਥੀ ਨੇ ਦੱਸਿਆ ਕਿ ਜਿੱਥੇ ਇਹ ਹਾਦਸਾ ਵਾਪਰਿਆ ਉਸ ਤੋਂ ਕੁਝ ਹੀ ਦੂਰੀ ਤੇ ਇੱਕ ਨਾਕਾ ਵੀ ਲੱਗਿਆ ਹੋਇਆ ਸੀ, ਪਰ ਪੁਲਿਸ ਆਪਣਾ ਨਾਕਾ ਛੱਡ ਕੇ ਫਰਾਰ ਹੋ ਗਈ ਅਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਜ਼ਖਮੀਆਂ ਦੀ ਮਦਦ ਨਹੀਂ ਕੀਤੀ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਇਹ ਗੈਰ ਕਾਨੂੰਨੀ ਨਾਕਾ ਲੱਗਿਆ ਹੋਇਆ ਸੀ ਪੁਲਿਸ ਇਹਨਾਂ ਖਿਲਾਫ ਵੀ ਕੋਈ ਕਾਰਵਾਈ ਕਰੇ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਕੀਤਾ ਜਾ ਰਿਹਾ। ਉੱਥੇ ਇੱਕ ਵਿਅਕਤੀ ਜਿਸਦਾ ਨਾਮ ਵਿਜੇ ਮਾਨ ਸੀ ਉਸਦੀ ਹਾਲਤ ਜ਼ਿਆਦਾ ਹੋਣ ਕਾਰਨ ਉਸਨੂੰ ਲੁਧਿਆਣਾ ਦੇ DMC ਹਸਪਤਾਲ ਰੈਫਰ ਕਰ ਦਿੱਤਾ ਗਿਆ। ਅਸੀਂ ਪ੍ਰੋਗਰਾਮ ਵੀ ਜਾ ਰਹੇ ਸੀ ਇੱਥੇ ਮੰਮੇ, ਠੀਕ ਹੈ ਜੀ, ਮੋਰੇ ਟਿੱਪਾ ਰਹਿਣਾ ਬ੍ਰੇਕ ਮਾਰ ਕੇ, ਠੀਕ ਹੈ ਜੀ, ਕੱਟ ਮਾਰ ਕੇ ਮੋਰੇ ਬ੍ਰੇਕ ਮਾਰ ਕੇ, ਹਾਂਜੀ, ਗੱਡੀ ਸਾਡੀ ਇਹਦੇ ਵਿੱਚ ਬਣੀ। ਕਿਹੜੀ ਗੱਡੀ ਸੀ, ਕਿੰਨੇ ਜਣੇ ਸੀਗੇ? ਇਨੋਵਾ ਗੱਡੀ ਸੀ, 9 ਜਣੇ ਸੀਗੇ। ਇਨੋਵਾ ਗੱਡੀ ਤੇ 9 ਜਣੇ, ਹਨਾ, ਹਾਂਜੀ। ਤੇ ਕਿੱਥੇ ਹੋਇਆ, ਕਿੱਥੇ ਇਹ? ਇਹ ਲਸਾੜੇ ਕੋਲ। ਲਸਾੜੇ, ਠੀਕ ਹੈ। ਤੇ ਕਿੱਦਾਂ ਦੇ ਹਾਲਾਤ ਬਾਕੀਆਂ ਦੇ? ਵਿਜੇ ਭਾਈ ਉਹਨਾਂ ਦੇ ਜ਼ਿਆਦਾ ਸੱਟ ਲੱਗੀ, ਮੁੰਡਾ ਤਬਲੇ ਤਬਲੇ ਵਾਲਾ ਉਹਦੇ ਵੀ ਸੱਟ ਜ਼ਿਆਦਾ ਲੱਗੀ, ਪੈਰ ਦੇ ਜਿਹੜਾ, ਠੀਕ ਹੈ, ਠੀਕ ਹੈ। ਅੱਜ ਸਾਡੇ ਨਾਲ ਦੇ ਪਿੰਡ ਗੜ੍ਹੇ ਤੋਂ ਮਿਊਜ਼ੀਕਲ ਗਰੁੱਪ ਆ ਵਿਜੇ ਮਾਨ ਜੀ, ਵਿਜੇ ਮਾਨ ਮਿਊਜ਼ੀਕਲ ਗਰੁੱਪ, ਉਹ ਆਪਣਾ ਪ੍ਰੋਗਰਾਮ ਚੱਕਦਾਨੇ ਵਿਖੇ ਜਿਹੜਾ ਲਗਾਉਣ ਕਿਤੇ ਧਾਰਮਿਕ ਸਥਾਨ 'ਤੇ ਜਾ ਰਿਹਾ ਸੀ। ਸੋ ਉਹਨਾਂ ਦਾ ਪਿੰਡ ਸੇਲਕੀਆਂ ਨੇ ਨੇੜੇ ਜਿਹੜਾ ਸਤਸੰਗ ਘਰ ਦੇ ਕੋਲ ਭਿਆਨਕ ਜਿਹੜਾ ਐਕਸੀਡੈਂਟ, ਇੱਕ ਤੇਜ਼ ਧਾਰ ਜਿਹੜਾ ਟਿੱਪਰ ਆ, ਰੇਤ ਨਾਲ ਭਰਿਆ ਹੋਇਆ ਟਿੱਪਰ ਜਿਹੜਾ ਰੇਤ ਲੈਣ ਜਾ ਰਿਹਾ ਸੀ, ਉਹਨੇ ਕੱਟ ਮਾਰ ਕੇ ਜਿਹੜਾ ਬਿਨਾਂ ਕਿਸੇ ਇੰਡੀਕੇਟਰ ਤੋਂ ਜਿਹੜਾ ਇਹਨੂੰ ਸਾਈਡ ਮਾਰ ਦਿੱਤੀ। ਸਾਈਡ ਲੱਗਣ ਦੇ ਕਾਰਨ ਜਿਹੜੇ ਇਹਨਾਂ ਦੀ ਗੱਡੀ ਇਨਬੈਲੈਂਸ ਹੋ ਕੇ ਬਹੁਤ ਗੰਭੀਰ ਜਿਹੜਾ ਸੱਟਾਂ ਜਿਹੜੀਆਂ ਸਾਰੇ ਜਿਹੜੇ ਉਹਨਾਂ ਦੇ ਸਾਜੀ ਸਾਹਿਬਾਨ ਉਹਨਾਂ ਦੇ ਲੱਗੀਆਂ। ਸੋ ਵਿਜੇ ਮਾਨ ਬਹੁਤ ਜ਼ਿਆਦਾ ਸੱਟ ਲੱਗਣ ਹੋਣ ਕਾਰਨ ਉਹਨਾਂ ਨੂੰ ਜਿਹੜਾ ਦਯਾਨੰਦ ਜਿਹੜੇ ਇਲਾਜ ਵਿਖੇ ਜਿਹੜਾ ਰੈਫਰ ਕਰ ਦਿੱਤਾ ਗਿਆ। ਸੋ ਬਾਕੀ ਜਿਹੜੇ ਕਈਆਂ ਦੀ ਜਿਹੜੀਆਂ ਹੱਡੀਆਂ ਦੇ ਫ੍ਰੈਕਚਰ ਹੋ, ਸੁਣ ਜੇ ਜਾਣਕਾਰੀ ਇਹ ਵੀ ਪਤਾ ਲੱਗੇ ਉੱਥੇ ਨਾਕਾ ਵੀ ਲੱਗਾ ਹੋਇਆ ਸੀ ਜੀ। ਇੱਥੇ ਸਾਡੇ ਕੋਰੀਅਰ ਬੁਆਏ ਦੋ ਮੁੰਡੇ ਸੀਗੇ, ਉਹ ਆਏ ਅਤੇ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਉੱਥੇ ਜਿਹੜਾ ਇੱਕ ਨਾਕਾ ਲੱਗਾ ਹੋਇਆ ਸੀ, ਜਿਹੜਾ ਨਾਕਾ ਜਦੋਂ ਐਕਸੀਡੈਂਟ ਹੋਇਆ ਉਹਨਾਂ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਨਾਕੇ ਵਾਲੀ ਜਿਹੜੀ ਮੌਜੂਦਾ ਪੁਲਿਸ ਉੱਥੇ ਨਾਕਾ ਛੱਡ ਕੇ ਜਿਹੜਾ ਫਰਾਰ ਹੋ ਗਈ, ਉਹ ਆਪਣੇ ਗੱਡੀਆਂ 'ਚ ਬਹਿ ਕੇ ਚੱਲ ਗਈ। ਉਹਨੂੰ ਆਪਣਾ ਨੈਤਿਕ ਫਰਜ਼ ਸਮਝਦਿਆਂ ਇਹਨਾਂ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ, ਇਹਨਾਂ ਨੂੰ ਗੱਡੀ 'ਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਵਲ ਹਸਪਤਾਲ ਫਲੌਰ ਜਾਂ ਨੈੜ ਦੇ ਕਿਤੇ ਹੋਸਪਿਟਲ ਵਿੱਚ ਲਿਆਉਣਾ ਉਹਨਾਂ ਨੂੰ ਚਾਹੀਦਾ ਸੀ, ਪਰ ਉਹਨਾਂ ਦੀ ਬੜੀ ਵੱਡੀ ਕੁਤਾਹੀ ਹੈ। ਮੈਂ ਮਾਨਯੋਗ SSP ਸਾਹਿਬ ਜ਼ਿਲ੍ਹਾ ਜਲੰਧਰ ਦਿਹਾਤੀ 'ਚੋਂ ਇਹਦੀ ਪੁਰਜ਼ੋਰ ਮੰਗ ਕਰਦਾ ਕਿ ਬਰੀਕੀ ਨਾਲ ਇਹਦੀ ਜਾਂਚ ਕਰਕੇ, ਜੇਕਰ ਉੱਥੇ ਮੁਲਾਜ਼ਮ ਐਕਸੀਡੈਂਟ ਦੇ ਦੌਰਾਨ ਕੋਈ ਗੈਰ ਕਾਨੂੰਨੀ ਨਾਕਾ ਲਾ ਕੇ ਖੜ੍ਹੇ ਸੀ, ਜਿਹੜੇ ਰਾਹਗੀਰਾਂ ਦੇ ਚਲਾਨ ਕੱਟ ਕੇ ਜਿਹੜੀਆਂ ਆਪਣੀਆਂ ਜੇਬਾਂ ਗਰਮ ਕਰਦੇ ਆ, ਉਹਨਾਂ ਦੇ ਖਿਲਾਫ਼ ਸਖ਼ਤ ਜਿਹੜਾ ਐਕਸ਼ਨ ਲਿਆ ਜਾਵੇ। ਸੋ ਫਲੌਰ ਪੁਲਿਸ ਨੂੰ ਵੀ ਮੈਂ ਬੇਨਤੀ ਕਰਦਾ ਕਿ 2 ਘੰਟੇ ਤੋਂ ਮੈਨੂੰ ਵੀ ਇੱਥੇ ਸਿਵਲ ਹਸਪਤਾਲ ਫਲੌਰ ਜਿਹੜੇ ਐਕਸੀਡੈਂਟਾਂ ਦਾ ਮੈਂ ਜਿਹੜਾ
ਮੇਰੇ ਪਿੰਡ ਤੋਂ ਮੁੰਡਾ ਪ੍ਰੇਮ ਮਨ ਸਿੰਘਰ ਆ, ਉਹਦੇ ਵੀ ਸੱਟ ਲੱਗੀ ਆ, ਉਹਨਾਂ ਦਾ ਹਾਲ ਜਾਣਨ ਆਇਆ। ਪਰ 2 ਘੰਟੇ ਤੋਂ ਹਾਲੇ ਤੱਕ ਫਲੌਰ ਪੁਲਿਸ ਦਾ ਕੋਈ ਵੀ ਮੁਲਾਜ਼ਮ ਸਿਵਲ ਹਸਪਤਾਲ ਫਲੌਰ ਨਹੀਂ ਪਹੁੰਚਿਆ। ਸੋ ਮੈਂ ਸਰਕਾਰ ਵੀ ਜਾਣਕਾਰੀ ਪਤਾ ਲੱਗੀ, ਜਿਹੜਾ ਪ੍ਰੇਮ ਮਾਨ ਹੈ ਮੁੰਡੇ, ਉਹਨੇ ਹੀ ਇਹ ਸਾਰੇ ਬੰਦੇ ਬਾਹਰ ਕੱਢੇ ਜ਼ਖਮੀਆਂ ਨੂੰ। ਪ੍ਰੇਮ ਮਾਨ ਦੇ ਇੱਥੇ ਮੁੰਡੇ ਦੇ ਬਹੁਤ ਜ਼ਿਆਦਾ ਸੱਟ ਲੱਗੀ ਸੀ, ਜਿਹੜਾ ਉਹ ਸਾਰੇ ਜਿਹੜੇ ਇੰਨੇ ਗੰਭੀਰ ਸੱਟਾਂ ਨਾਲ ਜਿਹੜਾ ਤੜਫ ਰਹੇ ਸੀ। ਸੋ ਪ੍ਰੇਮ ਮਾਨ ਦੀ ਬਹਾਦਰੀ ਆ ਕਿ ਉਹਨੇ ਜਿਹੜਾ ਤਾਕੀ ਖੋਲ੍ਹ ਕੇ ਸਾਰੇ ਜਿਹੜੇ ਜ਼ਖਮੀਆਂ ਨੂੰ ਉਹ ਗੱਡੀ 'ਚੋਂ ਬਾਹਰ ਕੱਢਿਆ, ਉੱਥੇ ਹੈਲਪ ਮੰਗੀ, ਲੋਕਾਂ ਨੂੰ ਟੈਲੀਫੋਨ ਕੀਤੇ। ਸੋ ਜਿੱਦਾਂ ਵੀ ਕਿਸੇ ਰਾਹਗੀਰ ਨੇ ਕਿਸੇ ਨੇ ਵਿਜੇ ਮਾਨ ਜੀ ਨੂੰ ਪਹਿਲਾਂ ਪਹੁੰਚਾ ਦਿੱਤਾ। ਵਿਜੇ ਮਾਨ ਦੇ ਕੀ ਹਾਲਾਤ, ਕਿੱਥੇ ਭੇਜਿਆ ਉਹਨਾਂ? ਵਿਜੇ ਮਾਨ ਨੂੰ ਦਯਾਨੰਦ, ਜਿਹੜਾ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਜਿਹੜਾ ਦਯਾਨੰਦ ਰੈਫਰ ਕਰ ਦਿੱਤਾ ਗਿਆ। ਸੋ ਐਂਬੂਲੈਂਸ ਜਿਹੜੀ 108 ਰਾਹੀਂ ਜਿਹੜੇ ਬਾਕੀ ਜ਼ਖਮੀ ਆ ਉਹਨਾਂ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਲਿਆਂਦਾ ਗਿਆ, ਜੋ ਕਿ ਜ਼ੇਰੇ ਇਲਾਜ ਹਨ। ਹਾਂਜੀ, ਇੱਕ ਆਇਆ ਸੀ ਰੋਡ ਸਾਈਡ ਐਕਸੀਡੈਂਟ, ਤਕਰੀਬਨ 7 ਮਰੀਜ਼ ਸੀਗੇ। ਹਾਂਜੀ, ਕਿੱਦਾਂ ਦੇ ਹਾਲਾਤ ਉਹਨਾਂ ਦੇ? ਇੱਕ ਪੇਸ਼ੈਂਟ ਉਹਨਾਂ ਵਿੱਚੋਂ ਕਾਫੀ ਸੀਰੀਅਸ ਸੀ, ਜੋ ਕਿ ਸਾਨੂੰ ਰੈਫਰ ਕਰਨਾ ਪਿਆ। ਹਾਂਜੀ, ਬਾਕੀ ਪੇਸ਼ੈਂਟਾਂ ਦੇ ਵੀ ਕਾਫੀ ਸੱਟ ਆਏ ਹੋਈਆਂ ਅਤੇ ਜਿਹਨਾਂ ਵਿੱਚੋਂ ਕਈਆਂ ਦੇ ਫ੍ਰੈਕਚਰ ਵੀ ਹੈਗੇ, ਉਹ ਅੰਡਰ ਟ੍ਰੀਟਮੈਂਟ ਚੱਲ ਰਿਹਾ। ਓਕੇ ਓਕੇ। ਇੱਕ ਟਿੱਪਰ ਜੋ ਖਾਲੀ ਫਲੌਰ ਤੋਂ ਨਵਾਂ ਸ਼ਹਿਰ ਰਾਮੂ ਸਾਈਡ ਨੂੰ ਜਾ ਰਿਹਾ ਸੀ, ਜਿਸ ਨੇ ਅਚਾਨਕ ਆਪਣੇ ਰਾਈਟ ਸਾਈਡ 'ਤੇ ਕੱਟ ਮਾਰਿਆ, ਤਾਂ ਉਸਦੇ ਪਿੱਛੇ ਪਿੱਛੇ ਆ ਰਹੀ ਇੱਕ ਇਨੋਵਾ ਗੱਡੀ ਉਹਦੇ ਨਾਲ ਟਕਰਾ ਗਈ, ਜਿਸ ਕਾਰਨ ਜੋ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ, ਜਿਸ ਵਿੱਚ ਇਨੋਵਾ ਸਵਾਰ 7 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹੋਸਪਿਟਲ ਭੇਜਿਆ ਗਿਆ, ਜੋ ਇੱਕ ਦੀ ਵਿੱਚ ਹਾਲਤ ਜ਼ਿਆਦਾ ਸੀਰੀਅਸ ਆ, ਜਿਸ ਨੂੰ DMC ਭੇਜਿਆ ਗਿਆ। ਜੋ ਟਰੱਕ ਟਿੱਪਰ ਨੰਬਰ PB11BU4645 ਅਤੇ ਜੋ ਇਨੋਵਾ ਗੱਡੀ ਹੈ PB08DA8516 ਜਿਸ ਵਿੱਚ 7 ਵਿਅਕਤੀ ਸਵਾਰ ਸੀ, ਜੋ ਡਰਾਈਵਰ ਮੌਕੇ ਤੋਂ ਭੱਜ ਗਿਆ, ਜਿਸ ਦੀ ਆਈਡੈਂਟੀਫਿਕੇਸ਼ਨ ਹੋਈ ਆ ਬੇਅੰਤ ਸਿੰਘ ਸਾਨੋ ਕੁਲਵੀਰ ਸਿੰਘ, ਵਾਸੀ ਨੰਗਲ ਪੂਨੀਆ ਮਜੀਠਾ ਰੋਡ ਜ਼ਿਲ੍ਹਾ ਅੰਮ੍ਰਿਤਸਰ, ਜਿਸ ਦੇ ਪਿੱਛੇ ਪੁਲਿਸ ਪਾਰਟੀ ਭੇਜੀ ਗਈ ਆ, ਉਸਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਜੋ ਜ਼ਖਮੀ ਵਿਅਕਤੀ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ FIR ਦਰਜ ਕੀਤੀ ਜਾਵੇਗੀ। ਜਿਹੜਾ ਟਿੱਪਰ ਹੈ ਉਹ ਕਬਜ਼ੇ 'ਚ ਲੈ ਲਿਆ? ਟਿੱਪਰ ਤੇ ਕਬਜ਼ੇ ਵਿੱਚ ਲੈ ਲਿਆ ਗਿਆ, ਗੱਡੀ ਵੀ ਸੰਭਾਲ ਕਰ ਲਈ ਗਈ ਹੈ। ਠੀਕ ਹੈ।